ਹੁਣ ਜਿਹੜੇ ਵੀਰ ਆਪਣੀ ਵੀਡੀਓ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਵੀ ਕਰ ਲੈਣਗੇ ਉਹਨਾਂ ਨੂੰ ਸਰ ਅਸੀਂ ਕੂਲੈਂਟ ਵੀ ਫ੍ਰੀ ਵਿੱਚ ਚੇਂਜ ਕਰਕੇ ਦਵਾਂਗੇ ਉਹ ਵੀ ਬਕਾਇਦਾ। ਆ ਕਰੋ ਚੈੱਕ ਪਹਿਲਾਂ ਸਰ, ਇਹਦੇ ਨਾਲ ਪੂਰੀ ਅੰਦਰੋਂ ਜਿਹੜੀ ਡਲਨੈਸ ਹੈਗੀ ਉਹ ਖਤਮ ਹੋ ਜੂਗੀ, ਪੂਰੀ ਕਲੀਨਿੰਗ ਹੋ ਜੂਗੀ, ਔਰ ਸਭ ਤੋਂ ਵੱਡੀ ਗੱਲ ਗੱਡੀ ਸੈਨੇਟਾਈਜ਼ ਹੋ ਜੂਗੀ। ਕਸਟਮਰ ਜਾ ਕੇ ਪਤਾ ਕਰ ਲਏ ਦੁਕਾਨ ਤੋਂ 2500 ਰੁਪਏ ਦਾ ਇੰਜਨ ਆਇਲ ਮਿਲੂਗਾ, ਮੈਂ ਗਰੰਟੀ ਦਿੰਦਾ ਸਰ ਇਸ ਚੀਜ਼ ਦੀ। 5 ਲੀਟਰ ਦੀ ਪੈਕਿੰਗ ਦੀ ਗੱਲ ਕਰ ਰਹਾ, ਸਿਰਫ 2500 ਦਾ ਤੇਲ ਹੀ ਮਿਲੂ ਕੱਲਾ। ਬਿਲਕੁਲ ਸਰ, ਇੱਥੇ ਤੁਹਾਨੂੰ 2500 ਚ ਪੂਰੀ ਸਰਵਿਸ ਹੋਣਾ। ਤੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਵਾਂ ਕਿ ਪਟਿਆਲੇ ਦੇ ਵਿੱਚ ਅਸੀਂ ਆਪਣਾ ਸੈਂਟਰ ਜਿਹੜਾ ਦਾ ਮਕੈਨੀਕਲ ਵਰਲਡ ਦੀ ਬ੍ਰਾਂਚ ਅਸੀਂ ਓਪਨ ਕਰ ਚੁੱਕੇ ਹਾਂ ਸਰ। ਦਾ ਮਕੈਨੀਕਲ ਵਰਲਡ ਦੀ ਹਿਸਟਰੀ ਦੇ ਵਿੱਚ ਇਹ ਚੀਜ਼ ਅੱਜ ਪਹਿਲੀ ਵਾਰ ਹੋ ਰਹੀ ਹੈ ਕਿ 2500 ਰੁਪਏ ਦੇ ਵਿੱਚ ਅਸੀਂ ਇਹੋ ਜਿਹਾ ਪੈਕੇਜ ਲਾਂਚ ਕਰਤਾ ਜਿਹਦੇ ਵਿੱਚ ਪੂਰੀ ਗੱਡੀ ਦੀ ਸਰਵਿਸ ਆ, ਉਹਦੀ ਗਰੰਟੀ ਆ ਬਕਾਇਦਾ। ਦੇਖੋ ਇਹੋ ਜਿਹਾ ਬ੍ਰਾਂਡ ਆ ਜਿਹਨੂੰ ਦੱਸਣ ਦੀ ਲੋੜ ਨਹੀਂ। ਮਾਲੇ ਦੇ ਫਿਲਟਰ ਪਾਵਾਂਗੇ, ਹਾਂਜੀ, ਕੈਸਟਰੋਲ ਦਾ ਸਿੰਥੈਟਿਕ ਇੰਜਨ ਆਇਲ ਪਾ ਚਾਹੁੰਦਾ। ਹਾਂਜੀ, ਕੋਈ ਬੰਦਾ ਸਾਡੇ ਕੋਲ ਸਰਵਿਸ ਕਰਵਾਉਂਦਾ ਜਿਹਦੇ ਵਿੱਚ ਅਸੀਂ ਕਾਰਬਨ ਕਲੀਨ ਕਰਦੇ ਹਾਂ, 3500 ਪੈਕੇਜ ਆ, 2 ਕਿਲੋਮੀਟਰ ਦੀ ਗਰੰਟੀ ਐਵਰੇਜ ਦੀ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਸਟਮਰ ਨੂੰ ਵੀ। ਘੱਟ ਤੋਂ ਘੱਟ 2 ਕਿਲੋਮੀਟਰ ਦਾ ਫਰਕ ਐਵਰੇਜ ਉੱਪਰ ਪਊਗਾ ਹੀ। ਇਹਨੂੰ ਆਪਾਂ ਇੰਜਨ 'ਤੇ ਵੀ ਮਾਰ ਸਕਦੇ ਹਾਂ, ਇਹਨੂੰ ਆਪਾਂ ਸੀਟਾਂ 'ਤੇ ਵੀ ਮਾਰ ਸਕਦੇ ਹਾਂ, ਇਹਨੂੰ ਛੱਤ 'ਤੇ ਵੀ ਮਾਰ ਸਕਦੇ ਹਾਂ ਸਰ। ਲਓ ਵੀ ਦੋਸਤੋ, ਸਿਰਫ 2500 ਰੁਪਇਆ ਲੈ ਕੇ ਆਓ, ਆਪਣੀ ਗੱਡੀ ਦੀ ਫੁੱਲ ਸਰਵਿਸ ਕਰਾਓ। ਦਾ ਮਕੈਨੀਕਲ ਵਰਲਡ ਆ ਚੈੱਕ ਕਰਾ ਦੇ, ਆਪਣੇ ਇੰਡੀਆ ਦਾ ਇੱਕ ਟੋਪ ਬ੍ਰਾਂਡ ਆ ਜਿੱਥੇ ਬਈ ਹਾਈ ਟੈਕ ਮਸ਼ੀਨਾਂ ਦੇ ਨਾਲ ਗੱਡੀਆਂ ਦੀ ਸਰਵਿਸ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਜਿੰਨੇ ਵੀਡੀਓ ਦੇਖ ਰਹੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਇਹਦੀ ਚੀਜ਼ ਦੀ ਉਡੀਕ ਸੀ ਕਿ ਪਟਿਆਲੇ ਦੇ ਜਿਹੜੇ ਗੇੜ ਬਈ ਆ ਸੈਂਟਰ ਖੋਲ੍ਹ ਦਿਉ, ਪਟਿਆਲਾ ਸਰਹੰਦ ਰੋਡ ਦੇ ਉੱਤੇ ਖੁੱਲ੍ਹ ਗਿਆ। ਆਹ ਬੋਰਡ ਹੈ ਜਿਹੜਾ ਆਹ ਰੋਡ ਜਾਂਦਾ ਆਪਣਾ ਮੇਨ, ਇਹ ਗਾਹਾਂ ਸਰਹੰਦ ਨੂੰ ਲੰਘ ਗਿਆ। ਇੱਕੋ ਸਾਹਮਣੇ ਦਿਖਾ ਦੇ ਮਹਿੰਦਰਾ ਵਾਲੀ ਏਜੰਸੀ ਹੈ, ਆਹ ਜਾਂਦਾ ਆਪਣਾ ਪਟਿਆਲੇ ਵਾਲਾ ਰੋਡ। ਇਹ ਜਿਹੜਾ ਸਰਹੰਦ ਰੋਡ 'ਤੇ ਮੈਂ ਤੁਹਾਨੂੰ ਨਿਸ਼ਾਨੀਆਂ ਦੱਸਦਿਆਂ, ਦੇਖੋ ਸਾਹਮਣੇ ਮਹਿੰਦਰਾ ਏਜੰਸੀ, ਬਾਕੀ ਤੁਹਾਨੂੰ ਸੜਕ ਦੇ ਲਾਗੇ ਆਹ ਵਾਲਾ ਬੋਰਡ ਦਿਖ ਜੂਗਾ, ਦਾ ਮਕੈਨੀਕਲ ਵਰਲਡ। ਇਹਦੇ ਤੁਸੀਂ ਅੰਦਰ ਨੂੰ ਆਉਣਾ, ਸੈਟਅਪ ਲੱਗ ਗਿਆ 2500 ਰੁਪਏ ਦੇ ਵਿੱਚ। ਹੁਣ ਤੁਸੀਂ ਕਹੋਗੇ ਕਿ ਬਾਈ ਯਾਰ ਮਖੌਲ ਕਰਦਾ, ਮਖੌਲ ਕੋਈ ਨਹੀਂ ਕਰਦਾ, ਬਾਈ ਨਾਲ ਮਿਲਾਉਣਾ, ਫੈਸਿਲਿਟੀਆਂ ਕੀ ਮਿਲਣਗੀਆਂ ਸਾਰਾ ਕੁਝ ਸਮਝਾਊਂਗਾ, ਅਲੱਗ ਕਿਹੜੇ ਕਿਹੜੇ ਪੈਕੇਜ ਹੋਣਗੇ। ਸਭ ਤੋਂ ਵਧੀਆ ਗੱਲ ਪਤਾ ਕੀ ਹੈਗੀ, 2500 ਦੇ ਵਿੱਚ ਇਹ ਨਹੀਂ ਕਿ ਤੁਹਾਨੂੰ ਮਾੜੀ ਸਰਵਿਸ ਮਿਲੂ, ਤੁਸੀਂ ਆਪਣੀ ਗੱਡੀ ਦੀ ਫੁੱਲ ਸਰਵਿਸ, ਫੁੱਲ ਦੀ ਗੱਲ ਕਰੂੰਗਾ। ਔਰ ਜੇ ਆਇਲ ਵਗੈਰਾ ਕਿਹੜਾ ਹੋਊਗਾ, ਫਿਲਟਰ ਵਗੈਰਾ ਕੀ ਹੋਣਗੇ, 2500 ਦੇ ਵਿੱਚ ਸਰਵਿਸ ਤੋਂ ਬਗੈਰ ਹੋਰ ਕੀ ਕੁਛ ਮਿਲੂ, ਸਾਰਾ ਕੁਝ ਸਮਝਾ ਦਿੰਦਾ। ਆ ਜਾਓ ਜੀ ਅੰਦਰਲੇ ਪਾਸੇ। ਲਓ ਵੀ ਦੋਸਤੋ, ਆਹ ਖੁੱਲ੍ਹ ਗਿਆ ਆਪਣੇ ਪਟਿਆਲੇ ਦੇ ਵਿੱਚ ਦਾ ਮਕੈਨਿਕ ਵਰਲਡ 'ਤੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭਾਜੀ। ਬਹੁਤ ਲੋਕਾਂ ਨੂੰ ਉਡੀਕ ਸੀ ਜੀ ਵੀ ਇੱਥੇ ਲੈ ਕੇ ਆਓ ਪਟਿਆਲੇ ਦੇ ਵਿੱਚ, ਕਿਉਂਕਿ ਥੋੜ੍ਹਾ ਜਿਹਾ ਇੱਧਰੋਂ ਉੱਧਰ ਜਾਣਾ ਪੈਂਦਾ ਸੀ। ਅਸਲ ਜਾ ਰਹੇ ਸਰ, ਬਹੁਤ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਰਨਾ ਚਾਹੁੰਦਾ ਅਤੇ ਵਧਾਈ ਦੇਣਾ ਚਾਹੁੰਦਾ ਪਟਿਆਲਿਆਂ ਵਾਸੀਆਂ ਨੂੰ ਜਿਨ੍ਹਾਂ ਨੇ ਸਾਨੂੰ ਇੰਨੀਆਂ ਕੁ ਸਰ ਮੈਨੂੰ ਕੋਲ ਆਈਆਂ। ਤੁਸੀਂ ਯਕੀਨ ਕਰਿਓ ਵੀ ਲੋਕੀ ਕਹਿੰਦੇ ਵੀ ਸਰ ਸਾਡੇ ਨੇੜੇ ਕਿਉਂ ਨਹੀਂ ਤੁਸੀਂ ਸੈਂਟਰ ਓਪਨ ਕਰ ਰਹੇ। ਸਹੀ ਗੱਲ ਹੈ, ਲੋਕ ਇੱਥੋਂ ਸਪੈਸ਼ਲ ਦੂਰ ਜਿਹੜੇ ਸਾਡੇ ਸੈਂਟਰ ਚੱਲਦੇ ਉੱਥੇ ਸਰਵਿਸ ਕਰਵਾਉਣ ਲਈ ਜਾ ਰਹੇ ਸੀਗੇ। ਹਾਂਜੀ, ਅਤੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਵਾਂ ਕਿ ਪਟਿਆਲੇ ਦੇ ਵਿੱਚ ਅਸੀਂ ਆਪਣਾ ਸੈਂਟਰ ਜਿਹੜਾ ਦਾ ਮਕੈਨੀਕਲ ਵਰਲਡ ਦੀ ਬ੍ਰਾਂਚ ਅਸੀਂ ਓਪਨ ਕਰ ਚੁੱਕੇ ਹਾਂ ਸਰ ਅੱਜ। ਇਹ ਵਾਲਾ ਆਪਣਾ ਪਟਿਆਲਾ 'ਚ ਹੀ ਹੈ, ਐਡਰੈਸ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾਤਾ। ਇੱਕ ਵੀਰੇ ਜਿਹੜਾ ਤੁਸੀਂ ਮੈਨੂੰ ਸਰਪ੍ਰਾਈਜ਼ ਦਿੱਤਾ ਹੈ ਨਾ, ਵੀ ਜਿਹੜੇ ਬੰਦੇ ਦਾ ਬਜਟ 2500 ਦੇ ਵਿੱਚ ਹੈਗਾ ਸੀ ਉਹ ਆ ਜਿਹਾ ਸਕੇ ਸਰ। ਆ ਜਾਓ ਤੁਹਾਨੂੰ ਨਾਲ ਨਾਲ ਦਿਖਾਉਂਦੇ ਨਾਲ ਆਪਾਂ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਜਿਹੜਾ ਸਾਡਾ ਪੈਕੇਜ ਚੱਲਦਾ ਪਿਆ ਵਾ, ਹਾਂਜੀ, ਆਲਰੇਡੀ ਉਹ ਤਾਂ ਚੱਲਦਾ ਹੀ ਪਿਆ ਜੀ, ਉਹ ਚੱਲ ਰਿਹਾ ਆਲਰੇਡੀ। 3500 ਰੁਪਏ ਦੇ ਵਿੱਚ ਅਸੀਂ ਪੂਰੀ ਗੱਡੀ ਦੀ ਸਰਵਿਸ ਕਰਦੇ ਹਾਂ, ਜਿਹਦੇ ਵਿੱਚ ਗੱਡੀ ਦਾ ਇੰਜਨ ਆਇਲ ਵੀ ਚੇਂਜ ਕਰਾਂਗੇ, ਏਅਰ ਫਿਲਟਰ ਵੀ ਚੇਂਜ ਕਰਾਂਗੇ, ਆਇਲ ਫਿਲਟਰ ਵੀ ਚੇਂਜ ਕਰਾਂਗੇ, ਹਾਂਜੀ, ਨਾਲ ਕਰਾਂਗੇ ਗੱਡੀ ਦੀ ਕਾਰਬਨ ਕਲੀਨ, ਹਾਂਜੀ, ਜਿਹਦੇ ਨਾਲ ਅੰਦਰੋਂ ਜਿੰਨਾ ਵੀ ਗੱਡੀ ਦੇ ਗੰਦ ਜੰਮਿਆ ਹੋਇਆ ਸਾਰਾ ਕਲੀਨ ਹੋ ਜੂਗਾ ਬਿਨਾਂ ਇੰਜਨ ਨੂੰ ਖੋਲ੍ਹੇ, ਅਤੇ ਗੱਡੀ ਦੀ ਪਿਕਅਪ ਪਰਫੋਰਮੈਂਸ ਐਵਰੇਜ ਵਧੂਗੀ, 100% ਗਰੰਟੀ ਹੈ ਸਰ ਇਸ ਚੀਜ਼ ਦੀ। ਆਪਾਂ ਜੇ ਗੱਲ ਕਰੀਏ 1x1 ਆਪਾਂ ਸਮਝਾ ਦਿੰਦੇ, ਕਿਉਂਕਿ ਨਾ ਅਸਲ ਦੇ ਵਿੱਚ ਨਾ ਜਿਹੜੀ ਕਾਰਬਨ ਕਲੀਨਿਕ ਹੈ ਕੁਛ ਕੁ ਲਈ ਨਵੀਂ ਆ, ਕੁਛ ਕੁ ਕਹਿਣਗੇ ਮਹਿੰਗੀ ਪੈਂਦੀ ਆ, ਤਾਂ ਮੈਂ ਤੁਹਾਨੂੰ ਪੈਕੇਜ ਦੇ ਰੇਟ ਦੱਸੂਗਾ। ਸਭ ਤੋਂ ਜਿਹੜੀ ਮੇਨ ਚੀਜ਼ ਹੈ ਵੀਰੇ ਜੀ, ਆਜੋ ਇੱਧਰ ਆਜੋ, ਹਾਂਜੀ,
ਇੱਕ ਤਾਂ ਆਪਣਾ 2500 ਵਾਲੀ ਹੈ, ਦੇਖੋ ਉਹਦੇ ਵਿੱਚ ਆਪਣੀ ਗੱਡੀ ਦੀ ਆਇਲ ਵੀ ਚੇਂਜ ਕਰਾਂਗੇ, ਬਿਲਕੁਲ ਸਰ, ਫਿਲਟਰ ਵੀ ਚੇਂਜ ਕਰਾਂਗੇ, ਵਾਸ਼ਿੰਗ ਵੀ ਕਰਾਂਗੇ। ਸਰ ਇਹ ਅੱਜ ਅਸੀਂ ਧਮਾਕਾ ਕੀਤਾ, ਨਵਾਂ ਪਹਿਲੀ ਵਾਰੀ ਤਾਂ ਮਕੈਨੀਕਲ ਵਰਲਡ ਦੀ ਹਿਸਟਰੀ ਦੇ ਵਿੱਚ ਇਹ ਚੀਜ਼ ਅੱਜ ਪਹਿਲੀ ਵਾਰੀ ਹੋ ਰਹੀ ਹੈ ਕਿ 2500 ਰੁਪਏ ਦੇ ਵਿੱਚ ਅਸੀਂ ਇਹੋ ਜਿਹਾ ਪੈਕੇਜ ਲਾਂਚ ਕਰਤਾ ਜਿਹਦੇ ਵਿੱਚ ਪੂਰੀ ਗੱਡੀ ਦੀ ਸਰਵਿਸ ਹੋਊਗੀ, ਨਾਲ ਉਹਦੇ ਵਿੱਚ ਅਸੀਂ ਇੰਜਨ ਆਇਲ ਚੇਂਜ ਕਰਾਂਗੇ, ਕੈਸਟਰੋਲ ਦਾ ਸਿੰਥੈਟਿਕ ਇੰਜਨ ਆਇਲ ਪਾਵਾਂਗੇ। ਉਰੇ ਆ ਜਾ ਇੱਕ ਵਾਰੀ ਲਵਿਆ ਜੀ, ਜਿਹੜਾ ਕੈਸਟਰੋਲ ਦਾ ਸਿੰਥੈਟਿਕ ਆਇਲ ਹੈ, ਮੈਂ ਵੀਰੇ ਨੋਰਮਲੀ ਗੱਲ ਕਰ ਦੇਣਾ, ਜਿੰਨੇ ਵੀ ਆਲ ਪੰਜਾਬ 'ਚ ਦਾ ਮਕੈਨੀਕਲ ਵਰਲਡ ਨੂੰ ਛੱਡ ਕੇ ਜਿੰਨੇ ਵੀ ਸਰਵਿਸ ਸੈਂਟਰ ਹੈ, ਬਿਲਕੁਲ ਇਹਦੇ ਨਾਲ ਦਾ ਤੇਲ ਹੀ ਨਹੀਂ। ਸਰ ਮੈਂ ਕਹਿੰਦਾ ਅਸੀਂ ਕਸਟਮਰ ਨੂੰ ਦਿਖਾਤਾ ਵਾ 5W30 ਦੀ ਕੈਟਾਗਰੀ ਹੈ, CI 4+, ਹਾਂ ਕਸਟਮਰ ਜਾ ਕੇ ਪਤਾ ਕਰ ਲਏ ਦੁਕਾਨ ਤੋਂ, 2500 ਰੁਪਏ ਦਾ ਇੰਜਨ ਆਇਲ ਮਿਲੂਗਾ, ਮੈਂ ਗਰੰਟੀ ਦਿੰਦਾ ਸਰ ਇਸ ਚੀਜ਼ ਦੀ। 5 ਲੀਟਰ ਦੀ ਪੈਕਿੰਗ ਦੀ ਗੱਲ ਕਰਾਂ, ਸਿਰਫ 2500 ਦਾ ਤੇਲ ਹੀ ਮਿਲੂ ਕੱਲਾ, ਬਿਲਕੁਲ ਸਰ, ਇੱਥੇ ਤੁਹਾਨੂੰ 2500 'ਚ ਪੂਰੀ ਸਰਵਿਸ। ਹੁਣ ਆਇਲ ਤੁਹਾਨੂੰ ਦੇਖ ਲਿਆ, ਬਿਲਕੁਲ ਆਹ ਵਾਲਾ ਇੰਜਨ ਆਇਲ ਪਾਵਾਂਗੇ, ਬਿਲਕੁਲ ਜਦ ਗੱਲ ਕਰੀਏ ਫਿਲਟਰਾਂ ਦੀ, ਜੈਨੂਅਨ ਫਿਲਟਰ ਪਾਵਾਂਗੇ, ਮਾਲੇ ਦੇ ਫਿਲਟਰ ਪਾਵਾਂਗੇ ਜੈਨੂਅਨ, ਉਹ ਵੀ ਤੁਹਾਨੂੰ ਮੰਗਾਇਓ ਜੀ, ਇੱਕ ਵਾਰੀ ਫਿਲਟਰ ਮੰਗਾ ਦਿਓ, ਇੱਕ ਵਾਰੀ ਚੈੱਕ ਕਰਾਂਗਾ ਸਾਰੇ, ਫਿਲਟਰ ਪਾਵਾਂਗੇ ਸਰ, ਹਾਂਜੀ ਨਾਲ ਬਕਾਇਦਾ ਆਪਾਂ ਗੱਡੀ ਦੀ ਪੂਰੀ ਚੈੱਕਅਪ ਹੋਊਗਾ ਗੱਡੀ ਦਾ, ਜਿਹਦੇ ਵਿੱਚ ਮੰਨ ਲਓ ਕੂਲੈਂਟ ਥੋੜਾ ਬਹੁਤਾ ਘੱਟ ਹੈ ਉਹ ਵੀ ਅਸੀਂ ਵਿੱਚ ਪਾ ਕੇ ਦਵਾਂਗੇ, ਬ੍ਰੇਕ ਵਾਲ ਘੱਟ ਉਹ ਵੀ ਪਾ ਕੇ ਦਵਾਂਗੇ, ਪੂਰੀ ਗੱਡੀ ਦਾ ਚੈੱਕਅਪ ਹੋਊਗਾ, ਨਾਲ ਵਾਸ਼ਿੰਗ ਕਰਕੇ ਦਵਾਂਗੇ ਸਰ ਅਸੀਂ। ਜਿਹੜਾ ਦਾ ਮਕੈਨੀਕਲ ਵਰਲਡ ਹੈ ਨਾ, ਜੇ ਆਪਾਂ ਨੂੰ ਆਸਾਨ ਪੰਜਾਬੀ ਭਾਸ਼ਾ 'ਚ ਗੱਲ ਕਰੀਏ, ਇਹਨਾਂ ਨੂੰ ਗੱਡੀਆਂ ਦਾ ਡਾਕਟਰ ਕਿਹਾ ਜਾਂਦਾ ਵੀਰੇ, ਠੀਕ ਹੈ, ਬਿਲਕੁਲ ਜੀ ਬਿਲਕੁਲ। ਇੱਥੇ ਗੱਡੀ ਦੀ ਤੁਹਾਨੂੰ ਤਸੱਲੀ ਵਾਲਾ ਕੰਮ ਕਰਾਉਂਦਾ, ਹੁਣ ਗੱਲ ਕਰਦਾ ਮੈਂ ਤੇਰੋ, ਫਿਲਟਰ ਕਿਹੜੇ ਯੂਜ਼ ਹੋਣਗੇ ਦੇਖੋ, ਹੁਣ ਦੇਖੋ ਜਦੋਂ ਅਸੀਂ ਕਹਿੰਦੇ ਹਾਂ 2500, ਕਸਟਮਰ ਦੇ ਮਨ 'ਚ ਆਉਂਦਾ ਯਾਰ ਵੀ ਪਹਿਲੀ ਗੱਲ ਤਾਂ 2500 'ਚ ਸਰਵਿਸ ਹੋ ਹੀ ਨਹੀਂ ਸਕਦੀ, ਹੋ ਹੀ ਨਹੀਂ ਸਕਦੀ, ਜੇ ਹੋਊਗੀ ਤਾਂ ਯਾਰ ਸਮਾਨ ਕੀ ਪਾਊਗਾ, ਸਮਾਨ ਕੀ ਪਾਉਣਗੇ ਉਸ ਚੀਜ਼ ਦੀ, ਅਸੀਂ ਤਾਂ ਬਕਾਇਦਾ ਅਸੀਂ ਦੇਖੋ ਸਰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ, ਇਹ ਨਹੀਂ ਹੈਗਾ ਕਿ ਜੇ ਮੰਨ ਲਓ ਆਪਾਂ ਪੈਕੇਜ ਘੱਟ ਕੀਤਾ ਵਾ ਤੇ ਉਹਦੇ ਵਿੱਚ ਸਮਾਨ ਦੀ ਕਮੀ ਹੈ, ਹਾਂ ਜੀ, ਸਮਾਨ ਓਰੀਜਨਲ ਪਾ ਰਹੇ ਹਾਂ, ਉਹਦੀ ਗਰੰਟੀ ਆ, ਬਕਾਇਦਾ ਦੇਖੋ ਇਹੋ ਜਿਹਾ ਬ੍ਰਾਂਡ ਆ ਜਿਹਨੂੰ ਦੱਸਣ ਦੀ ਲੋੜ ਨਹੀਂ, ਮਾਲੇ ਦੇ ਫਿਲਟਰ ਪਾਵਾਂਗੇ, ਹਾਂਜੀ ਕੈਸਟਰੋਲ ਦਾ ਸਿੰਥੈਟਿਕ ਇੰਜਨ ਵਾਲ ਪਾਵਾਂਗੇ ਸਰ, ਆਹ ਫਿਲਟਰ ਤੁਹਾਡੇ ਸਾਹਮਣੇ ਨੇ, ਆਹ ਚੀਜ਼ਾਂ ਇਹਦੇ ਫੋਟੋ ਕਲਿੱਕ ਕਰ ਲਓ ਜੀ, ਕਿਉਂਕਿ ਇਸ ਤੋਂ ਇਲਾਵਾ ਇਹਨਾਂ ਕੋਲ ਕਿਸੇ ਹੋਰ ਕੰਪਨੀ ਦਾ ਨਾ ਉਰੇ ਪ੍ਰੋਡਕਟ ਹੈ, ਬਿਲਕੁਲ ਨਾ ਆਪਾਂ ਪਾਈਏ, ਬਿਲਕੁਲ ਨਾ ਆਪਾਂ ਕੋਈ ਇਹੋ ਜਿਹਾ ਕੰਮ ਕਰੀਏ, ਮੈਂ ਕਿਹਾ ਸਰ ਸਾਡੇ 50 ਸੈਂਟਰ ਚੱਲਦੇ ਪਏ ਹੈ, ਹਾਂਜੀ ਤੁਸੀਂ ਵੀ ਇੰਨੀਆਂ ਵੀਡੀਓ ਬਣਾ ਚੁੱਕੇ ਹੋ, ਤੁਹਾਨੂੰ ਆਲਰੇਡੀ ਪਤਾ ਹੀ ਹੈ ਕਿ ਕਸਟਮਰ ਦਾ ਕਿੱਦਾਂ ਰਿਸਪੌਂਸ ਹੈ, ਸਹੀ ਗੱਲ ਹੈ ਜੀ, ਸਾਡੇ ਕੋਲ ਸਰ ਇੱਕ ਇੱਕ ਮਹੀਨੇ ਦੀ ਵੇਟਿੰਗ ਹੈ ਗੱਡੀਆਂ ਦੀ, ਮੈਂ ਤਾਂ ਹੀ ਇਹ ਗੱਲ ਵਾਰ ਵਾਰ ਕਹਿ ਰਿਹਾ ਕਿ ਮੈਂ ਪਟਿਆਲਾ ਵਾਸੀਆਂ ਨੂੰ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਵਾਂ ਕਿ ਉਹਨਾਂ ਦੇ ਨੇੜੇ ਅਸੀਂ ਸੈਂਟਰ ਓਪਨ ਕਰਤਾ, ਕਿਉਂਕਿ ਉਹ ਸਾਨੂੰ ਰਿਕੁਐਸਟ ਕਰਦੇ ਸੀਗੇ ਕਿ ਸਰ ਸਾਨੂੰ ਇੰਨੀ ਦੂਰ ਜਾਣਾ ਪੈ ਰਿਹਾ ਸਰਵਿਸ ਕਰਾਉਣ ਲਈ, 50 ਕਿਲੋਮੀਟਰ ਲੋਕ ਸਰਵਿਸ ਕਰਵਾਉਣ ਲਈ ਜਾ ਰਹੇ ਸੀਗੇ, ਇਸੇ ਕਰਕੇ ਅਸੀਂ ਪਟਿਆਲੇ ਦੇ ਵਿੱਚ ਅੱਜ ਇਹ ਸੈਂਟਰ ਓਪਨ ਕਰਤਾ ਵਾ, ਤੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ, ਪਰ ਪਹਿਲਾਂ ਆਪਾਂ ਪੈਕੇਜ ਦੀ ਗੱਲ ਕਰਦੇ ਹਾਂ, ਤੇ ਹੁਣ ਜਿਹੜਾ ਸਾਡਾ ਆਲਰੇਡੀ ਪੈਕੇਜ ਚੱਲਦਾ ਪਿਆ ਅੱਜ ਤੱਕ, ਜਿਹਦੇ ਉੱਪਰ ਦਾ ਮਕੈਨੀਕਲ ਵਰਲਡ ਦਾ ਨਾਮ ਬਣਿਆ, ਜਿਹੜਾ 3499 ਦਾ ਪੈਕੇਜ ਹੈ ਜੀ, ਉਹਦੇ ਵਿੱਚ ਵੀ ਪੂਰੀ ਗੱਡੀ ਦੀ ਸਰਵਿਸ ਹੋਊਗੀ, ਜਿਹਦੇ ਵਿੱਚ ਇੰਜਨ ਆਇਲ, ਏਅਰ ਫਿਲਟਰ, ਆਇਲ ਫਿਲਟਰ, ਤੇ ਸਭ ਤੋਂ ਮੇਨ ਚੀਜ਼ ਸਰ ਜਿਹੜੀ ਅਸੀਂ ਗੱਡੀ ਦੀ ਕਰਾਂਗੇ ਕਾਰਬਨ ਕਲੀਨ। ਇੱਕ ਵਾਰੀ ਜੇ ਆਪਾਂ ਗੱਲ ਕਰੀਏ ਵੀ ਇੱਥੇ ਆਉਣਾ ਹੀ ਕਿਉਂ ਜ਼ਰੂਰੀ ਹੈ, ਦੇਖੋ ਇੱਥੇ ਹੈਗੀਆਂ ਆਪਣੀਆਂ ਹਾਈ ਟੈਕਨੋਲੋਜੀ ਦੀਆਂ ਮਸ਼ੀਨਾਂ, ਜੋ ਕਿ ਆਲ ਪੰਜਾਬ ਦੇ ਵਿੱਚ ਸਿਰਫ ਦਾ ਮਕੈਨੀਕਲ ਵਰਲਡ ਕੋਲ ਹੈ। ਮਸ਼ੀਨਾਂ ਕਿਹੜੀਆਂ ਨੇ ਜੇ ਆਪਾਂ ਹਾਈਲਾਈਟ ਕਰਦੇ ਹਾਂ, ਹੱਥ ਪਹਿਲਾਂ ਦਾ ਕਰੋ ਚੈੱਕ, ਕਾਰਬਨ ਕਲੀਨ ਦੀ ਮਸ਼ੀਨ ਹੈਗੀ ਹੈ, ਇਹਦੇ ਨਾਲ ਸਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਹਾਂਜੀ ਕੋਈ ਬੰਦਾ ਸਾਡੇ ਕੋਲ ਸਰਵਿਸ ਕਰਵਾਉਂਦਾ ਜਿਹਦੇ ਵਿੱਚ ਅਸੀਂ ਕਾਰਬਨ ਕਲੀਨ ਕਰਦੇ ਹਾਂ, 3500 ਪੈਕੇਜ ਹੈ, 2 ਕਿਲੋਮੀਟਰ ਦੀ ਗਰੰਟੀ ਐਵਰੇਜ ਦੀ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਸਟਮਰ ਨੂੰ ਵੀ, ਘੱਟ ਤੋਂ ਘੱਟ 2 ਕਿਲੋਮੀਟਰ ਦਾ ਫਰਕ ਐਵਰੇਜ ਉੱਪਰ ਪਊਗਾ ਹੀ ਪਊਗਾ। ਇਹ ਜਿਹੜੀ ਆਪਾਂ ਹੁਣ ਤੁਹਾਨੂੰ ਚੀਜ਼ਾਂ ਦਿਖਾ ਰਹੇ ਹਾਂਗੇ ਨਾ, ਜਿਵੇਂ ਕਾਰਬਨ ਕਲੀਨਿਕ, ਇਹ ਇੱਕ ਪੈਕੇਜ ਆ 3500 ਵਾਲਾ ਜਿਹਦੇ ਵਿੱਚ ਆਪਣਾ ਆਇਲ ਵੀ ਚੇਂਜ ਹੋਊਗਾ, ਫਿਲਟਰ ਵੀ ਚੇਂਜ ਹੋਣਗੇ, ਉਸ ਤੋਂ ਬਾਅਦ ਇਹਦੇ ਵਿੱਚ ਇਨਕਲੂਡ ਆ ਆਪਣੀ ਸਭ ਤੋਂ ਪਹਿਲੀ ਸਰਵਿਸ ਜੋ ਕਿ ਕਾਰਬਨ ਕਲੀਨਿਕ ਹੈ, ਅੱਜ ਉੱਧਰਲੇ ਪਾਸੇ ਜਿਵੇਂ ਆਹ ਗੱਡੀ ਦਾ ਇੰਜਣ ਹੈ, ਜਿੱਥੇ ਆਪਣਾ ਆਹ ਵਾਲਾ ਪਾਰਟ ਲੱਗਿਆ ਹੁੰਦਾ ਨਾ,
ਆਪਣਾ ਇਸ ਤੋਂ ਇਹਦੇ ਵਿੱਚ ਦੀ ਏਅਰ ਹੋਗ ਕ੍ਰੋਸ ਸਾਰਾ ਕੁਝ ਜਾਂਦਾ ਹੁੰਦਾ, ਕੋਈ ਸਰ ਇੰਜਨ ਨਹੀਂ ਖੋਲਣਾ, ਕੋਈ ਕੁਝ ਨਹੀਂ ਕਰਨਾ, ਔਰ ਅਸੀਂ ਗਰੰਟੀ ਦਿੰਨੇ ਆ ਸਰ, ਜਿਹੜੇ ਕਸਟਮਰ ਨੇ ਇੱਕ ਵਾਰੀ ਕਲੀਨਿੰਗ ਕਰਾ ਲਈ ਨਾ, ਹਾਂਜੀ, ਉਹ ਅੱਗੇ 10 ਕਸਟਮਰ ਨੂੰ ਰეკਮੈਂਡ ਕਰੂਗਾ, ਕਿਉਂਕਿ ਇਹਦਾ ਰਿਜ਼ਲਟ ਇੰਨਾ ਜ਼ਬਰਦਸਤ ਹੈ। ਇਸੇ ਕਰਕੇ ਅਸੀਂ 2 ਕਿਲੋਮੀਟਰ ਦੀ ਗਰੰਟੀ ਐਵਰੇਜ ਦੀ ਲਿਖ ਕੇ ਦੇਣ ਨੂੰ ਵੀ ਤਿਆਰ ਆ, ਘੱਟ ਤੋਂ ਘੱਟ। ਇੱਕ ਚੀਜ਼ ਹੋ ਰਿਹਾ ਵੀਰੇ, ਬੰਦਾ ਜੇ ਕੋਲ ਵੱਡੇ ਸ਼ਹਿਰਾਂ ਦੀ ਗੱਲ ਕਰਦਾ ਮੈਂ, ਹਾਂਜੀ, ਕੱਲਾ ਕਾਰਬਨ ਕਲੀਨਿੰਗ ਦਾ ਰੇਟ ਹੀ 1000 ਰੁਪਇਆ ਸਰ। ਮੈਂ ਚਲੋ ਆਪਣੇ ਮੂੰਹੋਂ ਨਹੀਂ ਕਹਿੰਦਾ, 3 ਤੋਂ 4 ਹਜ਼ਾਰ ਰੁਪਇਆ ਵੀ ਲੋਕ ਲੈ ਰਹੇ ਆ। ਪਹਿਲੀ ਗੱਲ ਤਾਂ ਸਰ ਉਹ ਟੈਕਨੋਲੋਜੀ ਨਹੀਂ ਹੈਗੀ, ਕਿਉਂਕਿ ਦੇਖੋ ਜਿਹੜੀ ਸਾਡੀ ਮਸ਼ੀਨ ਦੀ ਟੈਕਨੋਲੋਜੀ ਹੈ ਨਾ, ਉਹ ਹਾਈਬ੍ਰਿਡ ਸੈੱਲ ਹੈ। ਸਹੀ ਗੱਲ, ਇਹ ਅੰਦਰ ਦੀਆਂ ਗੱਲਾਂ ਜੋ ਕੋਈ ਕਸਟਮਰ ਸਮਝਣਾ ਚਾਹੁੰਦਾ ਸਾਨੂੰ ਕੋਲ ਕਰੇ, ਅਸੀਂ ਬਕਾਇਦਾ ਦੱਸਾਂਗੇ। ਇਹ ਟੈਕਨੋਲੋਜੀ ਹੀ ਹੈ ਨਹੀਂ ਕਿਤੇ ਵੀ ਸਰ, ਜਿਹੜੀ ਅਸੀਂ ਕਰਦੇ ਹਾਂ, ਜਿਹਦੇ ਕਰਕੇ ਅਸੀਂ ਬਕਾਇਦਾ ਗਰੰਟੀ ਦਿੰਦੇ ਹਾਂ ਕੰਮ ਦੀ ਵੀ ਜੇ ਅਸੀਂ ਗੱਡੀ ਦੀ ਸਰਵਿਸ ਕਰਦੇ ਹਾਂ 2 ਕਿਲੋਮੀਟਰ ਦੀ, ਤਾਂ ਤੁਹਾਨੂੰ ਮੈਂ ਸਰ ਮਤਲਬ ਮਿਨੀਮਮ ਕਹਿ ਰਿਹਾ। ਸਾਡੇ ਕੋਲ ਇੱਦਾਂ ਦੇ ਕਸਟਮਰ ਆਉਂਦੇ ਆ ਵੀ ਜਿਹਨਾਂ ਨੂੰ 10-10 ਕਿਲੋਮੀਟਰ ਦਾ ਫਰਕ ਪੈ ਜਾਂਦਾ ਐਵਰੇਜ ਦੇ ਪਿੱਛੇ। ਸਹੀ ਗੱਲ ਹੈ ਜੀ। ਇਹਦਾ ਜਿਹੜਾ ਮੇਨ ਬੈਨੀਫਿਟ ਹੋਊਗਾ ਕਾਰਬਨ ਕਲੀਨਿੰਗ ਦਾ, ਕਾਰਬਨ ਤੁਹਾਡੇ ਇੰਜਣ ਦੇ ਵਿੱਚ ਕਿਤੇ ਵੀ ਹੋਈ ਜਾਂ ਰਸਟਿੰਗ ਹੋਈ ਅੰਦਰਲੇ ਪਾਰਟ 'ਚ, ਸਭ ਕੁਝ ਕਲੀਨ ਕਰੂਗੀ। ਸਭ ਤੋਂ ਬੈਸਟ ਬੈਨੀਫਿਟ ਇਹ ਹੁੰਦਾ, 3500 ਰੁਪਏ ਵਿੱਚ ਸਟੀਮ ਵਾਸ਼ ਵੀ ਵਿੱਚੇ ਹੀ ਕਰਕੇ ਦਵਾਂਗੇ ਸਰ। ਦਿਖਾਈਏ ਸਟੀਮ ਵਾਸ਼ ਆ ਰਿਹਾ। ਟੈਕਨੋਲੋਜੀ ਇੱਦਾਂ ਦੀ ਹੈ ਜਿਹੜੀ ਮਾਰਕੀਟ ਦੇ ਵਿੱਚ ਅਜੇ ਤੱਕ ਕਿਤੇ ਵੀ ਨਹੀਂ ਹੈਗੀ ਸਰ। ਆਹ ਕਰੋ ਚੈੱਕ, ਇਹਨੂੰ ਕਹਿੰਦੇ ਆ, ਇਹਨੇ ਪੂਰਾ ਆਹ ਦੇਖੋ ਸਰ, ਤੁਸੀਂ ਮੈਂ ਕਹਿੰਦਾ ਲਾਈਵ ਦਿਖਾਓ ਥੋੜਾ ਜਿਹਾ। ਅਜੇ ਕੋਈ ਦੇਖੋ ਅਸੀਂ ਕੱਪੜਾ ਨਹੀਂ ਮਾਰਿਆ, ਕੋਈ ਕੁਛ ਨਹੀਂ ਕੀਤਾ। ਦੇਖੋ ਇਹਨੇ ਪੂਰੀ ਕਲੀਨਿੰਗ ਕਰ ਦੇਣੀ ਆ, ਪੂਰੀ ਮਿੱਟੀ ਚੱਕ ਦੇਣੀ ਹੈ। ਇਹਨੂੰ ਆਪਾਂ ਇੰਜਨ 'ਤੇ ਵੀ ਮਾਰ ਸਕਦੇ ਹਾਂ, ਇਹਨੂੰ ਆਪਾਂ ਸੀਟਾਂ 'ਤੇ ਵੀ ਮਾਰ ਸਕਦੇ ਹਾਂ, ਇਹਨੂੰ ਛੱਤ 'ਤੇ ਵੀ ਮਾਰ ਸਕਦੇ ਹਾਂ ਸਰ ਆਪਾਂ। ਇਹ ਭਾਫ ਹੈ, ਭਾਫ ਇਹ ਨਾ ਵੀ ਗਰਮ ਭਾਫ ਕਰਕੇ ਬਿਲਕੁਲ ਜੀ ਬਣਦੀ ਹੈ। ਇਹਨੇ ਅੰਦਰੋਂ ਸਰ ਇੱਦਾਂ ਨਾ, ਇਹਨੇ ਮੈਲ ਨੂੰ ਪੂਰਾ ਕਰ ਦੇਣਾ, ਤੁਹਾਨੂੰ ਅੰਦਰ ਵੀ ਮਾਰ ਕੇ ਦਿਖਾਉਣਾ। ਗੱਲ ਕੀ ਹੈ ਨਾ, ਉਧਰ ਹੀ ਟਾਕੀ ਖੋਲ ਦੋ ਜਾਣਾ, ਇੱਕ ਵਾਰੀ ਚੈੱਕ ਕਰਾ ਦਈਏ ਇਹਦੇ ਨਾਲ ਨਾ, ਜਿਹੜਾ ਆਪਣੀ ਸਟੀਮ ਵਾਸ਼ ਹੈ ਇਹਦੇ ਨਾਲ। ਆਹ ਕਰੋ ਚੈੱਕ ਪਹਿਲਾਂ, ਇਹਦੇ ਨਾਲ ਪੂਰੀ ਅੰਦਰੋਂ ਜਿਹੜੀ ਡਲਨੈਸ ਹੈਗੀ ਉਹ ਖਤਮ ਹੋ ਜੂਗੀ, ਪੂਰੀ ਕਲੀਨਿੰਗ ਹੋ ਜੂਗੀ, ਔਰ ਸਭ ਤੋਂ ਵੱਡੀ ਗੱਲ ਗੱਡੀ ਸੈਨੇਟਾਈਜ਼ ਹੋ ਜੂਗੀ ਤੁਹਾਡੀ ਸਰ। ਗੱਡੀ ਦੇ ਵਿੱਚ ਕੋਈ ਬੈਕਟੀਰੀਆ ਹੈਗਾ ਕੁਛ ਵੀ ਹੈਗਾ, ਉਹਨੇ ਬਿਲਕੁਲ ਉਹਨੂੰ ਖਤਮ ਕਰ ਦੇਣਾ, ਔਰ ਐਨ ਸਾਈਨਿੰਗ ਆ ਜਾਣੀ ਹੈ ਸਰ ਗੱਡੀ ਦੇ ਵਿੱਚ ਪ੍ਰੋਪਰ। ਹੁਣ ਮੈਂ ਜੇ ਗੱਲ ਕਰਾਂ ਸਟੀਮ ਵਾਸ਼ ਦੀ, ਬਈ ਸਟੀਮ ਵਾਸ਼ ਦੇਖੋ, ਤੁਹਾਡਾ ਐਕਸਟੀਰੀਅਰ ਇੰਜਣ ਕਲੀਕ ਕੀਤਾ ਜਾਊਗਾ, ਇੰਟੀਰੀਅਰ ਦੇ ਵਿੱਚ ਆਪਣੀਆਂ ਸੀਟਾਂ ਹੋ ਗਈਆਂ, ਡੈਸ਼ਬੋਰਡ ਹੋ ਗਿਆ ਬਿਲਕੁਲ, ਤੇ ਛੱਤ ਹੋ ਗਈ ਬਿਲਕੁਲ, ਇਹ ਇਨਕਲੂਡ ਹੈ 3500 ਰੁਪਏ ਦੇ ਵਿੱਚ। ਇਹ ਸਰ ਸਟਾਰਟਿੰਗ ਪੈਕੇਜ ਹੈ ਛੋਟੀ ਗੱਡੀਆਂ ਦਾ, ਇਹ ਵੀ ਆਪਾਂ ਕਲੀਅਰ ਕਰਨਾ ਚਾਹੁੰਦੇ ਹਾਂ। ਨਾਲ ਤੁਹਾਨੂੰ ਵਾਸ਼ਿੰਗ ਗਲਾ ਵੀ ਸਿਸਟਮ ਦਿਖਾਉਣਾ, ਜਿੱਦਾਂ ਕਿ ਮੰਨ ਲਓ ਛੋਟੀ ਗੱਡੀ ਹੈ, ਜਿੱਦਾਂ ਕਿ ਸਵਿਫਟ ਹੋ ਗਈ, ਅਲਟੋ ਹੋ ਗਈ, ਇਸ ਟਾਈਪ ਦੀ ਗੱਡੀਆਂ ਦਾ 3500 ਹੈ। 3500 ਜਿੱਦਾਂ ਗੱਡੀ ਵਧੂਗੀ ਆਟੋਮੈਟਿਕਲੀ ਰੇਟ ਵਧੂਗਾ, ਥੋੜਾ ਥੋੜਾ ਫਰਕ ਹੈ ਕੁਝ। ਹਰ ਮੈਂ ਤੁਹਾਨੂੰ ਇਹ ਵੀ ਕਰਦਾ ਨਾ, ਮਾਰਕੀਟ ਨਾਲੋਂ 50% ਵਾਂਗੂ ਹੈਗਾ ਆਪਣਾ ਡਿਸਕਾਊਂਟ। ਸਰ ਆਲਰੇਡੀ ਤੁਹਾਨੂੰ ਆਪਾਂ ਬੋਰਡ ਵੀ ਦਿਖਾਉਂਦੇ ਹਾਂ, ਬਕਾਇਦਾ ਲਿਖ ਕੇ ਲਾਇਆ ਹੋਇਆ ਆਪਾਂ, ਵੀ ਜਿਹੜਾ 3500 ਚ ਅਸੀਂ ਪੈਕੇਜ ਦੇ ਰਹੇ ਹਾਂ ਨਾ, ਹਾਂਜੀ, ਐਕਚੁਅਲ ਪ੍ਰਾਈਸ ਇਹਦਾ ਹੈਗਾ 7000 ਰੁਪਏ। ਹਾਂ, ਅਸੀਂ ਬਕਾਇਦਾ ਕੱਲੀ ਕੱਲੀ ਚੀਜ਼ ਵਿੱਚ ਲਿਖੀ ਵੀ ਹੋਈ ਹੈ ਬੋਰਡ ਦੇ ਉੱਪਰ, ਮੈਂ ਤੁਹਾਨੂੰ ਉਹ ਚਾਰਟ ਦਿਖਾ ਦੂੰਗਾ ਵੀ ਉਹ 3500 ਦੇ ਵਿੱਚ ਟੋਟਲ ਵਰਕ ਹੀ ਨੇ। ਦੇਖੋ ਇਹ ਵਾਸ਼ਿੰਗ ਆ ਬਕਾਇਦਾ ਸਰ, ਗੱਡੀ ਲਿਫਟ ਤੇ ਚੱਕ ਕੇ ਵਾਸ਼ ਕਰਾਂਗੇ, ਮਤਲਬ ਕੋਈ ਵੀ ਕੰਮ ਆਪਣੇ ਕੋਲ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿ ਸਿੰਪਲ ਹੋਵੇ, ਪੂਰਾ ਹਾਈ ਟੈਕ 3500 ਦੇ ਵਿੱਚ ਇਨਕਲੂਡ ਹੈ ਨਾ। ਵਿੱਚੇ ਹੀ ਸਰ, ਵਿੱਚੇ ਹੀ। ਅਰ ਵਾਸ਼ਿੰਗ ਵੀ ਨਾਰਮਲ ਵਾਸ਼ਿੰਗ ਨਹੀਂ, ਫੋਮ ਵਾਸ਼ਿੰਗ ਹੋਊਗੀ ਪ੍ਰੋਪਰ। ਬਿਲਕੁਲ ਸਰ, ਬਿਲਕੁਲ, ਅੰਦਰੋਂ ਤੇ ਬਾਹਰੋਂ ਪ੍ਰੋਪਰ ਤਰੀਕੇ ਦੇ ਨਾਲ, ਹੈ ਨਾ ਵੀਰੇ। 3500 ਚ ਇਨਕਲੂਡ ਆ, ਬਿਲਕੁਲ ਜੀ। ਤੇ ਤੁਹਾਨੂੰ 2-3 ਮਸ਼ੀਨਾਂ ਦੀ ਮੈਂ ਰੂਬਰੂ ਹੋਰ ਕਰਾ ਦਿੰਦਾ, ਆ ਜਾਓ। ਨਾਈਟ੍ਰੋਜਨ ਵੀ ਫਿਲਿੰਗ ਕਰਕੇ ਦਵਾਂਗੇ ਪੈਰਾਂ ਦੇ ਵਿੱਚ, 3500 ਦੇ 3500 ਦੇ ਵਿੱਚ ਹੀ ਹੈ ਨਾਈਟ੍ਰੋਜਨ ਫਿਲਿੰਗ ਵੀ ਕਰਾਂਗੇ। ਚਲੋ ਇੱਕ ਅੱਜ ਵੱਡਾ ਧਮਾਕਾ ਕਰ ਦਿੰਦੇ ਆ, ਜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ, ਲਾਈਕ ਕਰਦੇ ਆ, ਕਮੈਂਟ ਕਰਦੇ ਆ, ਸਾਨੂੰ ਆਗੇ ਪਰ ਦਿਖਾਣਾ ਪਊਗਾ ਇੱਕ ਚੀਜ਼ ਹੋਰ। ਹਾਂਜੀ, ਫੋਲੋ ਕਰਨਾ ਰਹਿ ਗਿਆ, ਫੋਲੋ ਤਾਂ ਕਰਨਾ ਹੀ ਪੈਣਾ ਨਾ, ਫੋਲੋ ਕਰਕੇ ਫੋਲੋ ਤਾਂ ਕਰਨਾ ਹੀ ਪੈਣਾ ਸਰ। ਇਹ ਆਫਰ ਅੱਜ ਤੱਕ ਅਸੀਂ ਕਿਤੇ ਨਹੀਂ ਦਿੱਤਾ, ਤੁਸੀਂ ਵੀ ਇੰਨੀਆਂ ਵੀਡੀਓ ਬਣਾ ਚੁੱਕੇ ਹੋ, ਤੁਹਾਨੂੰ ਪਤਾ ਵਾ। ਹਾਂਜੀ, ਲੇਕਿਨ ਅੱਜ ਪਟਿਆਲਾ ਵਾਸੀਆਂ ਵਾਲੀ ਅਸੀਂ ਸਪੈਸ਼ਲ ਇਹੋ ਜਿਹਾ ਧਮਾਕਾ ਦੇ ਰਹੇ ਹਾਂ, ਮੈਂ ਕਹਿੰਦਾ ਵੀ ਨਜ਼ਾਰਾ ਆਜੂਗਾ। ਪਹਿਲੀ ਗੱਲ ਤਾਂ 3500 ਚ ਹੀ ਅਸੀਂ ਇੰਨਾ ਕੁਝ ਦੇ ਰਹੇ ਹਾਂ ਵੀ ਕਸਟਮਰ ਜਿੱਥੇ ਮਰਜ਼ੀ ਭੱਜ ਲੇ ਐਂਡ ਇੱਥੇ ਹੀ ਆਉਣਾ ਪਊਗਾ ਜੀ। ਆਲ ਪੰਜਾਬ ਦਾ, ਆਲ ਇੰਡੀਆ ਦਾ ਖੁੱਲ੍ਹਾ ਚੈਲੰਜ ਹੈ 3500 ਦੇ ਵਿੱਚ। ਪਹਿਲੀ ਗੱਲ, ਆਹ ਤੁਹਾਨੂੰ ਇੰਨੀਆਂ ਫੈਸਿਲਿਟੀਆਂ ਕਦੇ ਨਹੀਂ ਮਿਲਦੀਆਂ। ਹੁਣ ਜਿਹੜੇ ਵੀਰ ਆਪਣੀ ਵੀਡੀਓ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਵੀ ਕਰ ਲੈਣਗੇ, ਉਹਨਾਂ ਨੂੰ ਸਰ ਅਸੀਂ ਕੂਲੈਂਟ ਵੀ ਫ੍ਰੀ ਵਿੱਚ ਚੇਂਜ ਕਰਕੇ ਦਵਾਂਗੇ, ਉਹ ਵੀ ਬਕਾਇਦਾ। ਆ ਜਾਓ,
ਹਾਂਜੀ ਤੇ ਕੂਲੈਂਟ ਵੀ ਹੱਥਾਂ ਨਾਲ ਨਹੀਂ ਮਸ਼ੀਨ ਨਾਲ ਹੋਊਗਾ ਨਾਲ ਕਰਕੇ ਦਵਾਂਗੇ ਜੀ ਬਿਲਕੁਲ ਕਿਹੜੀ ਆਪਣੀ ਕੂਲੈਂਟ ਵਾਲੀ ਮਸ਼ੀਨ ਸਰ ਇਹ ਆਪਣੀ ਏਸੀ ਵਾਲੀ ਹੈਗੀ ਹੈ ਇਹ ਆਪਣੀ ਕਾਰਬਨ ਵਾਲੀ ਹੈਗੀ ਹੈ ਜੀ ਮਸ਼ੀਨ ਹਾਂਜੀ ਹਾਂਜੀ ਉਹ ਬਕਾਇਦਾ ਪੂਰਾ ਪ੍ਰੋਪਰ ਕਰਕੇ ਦਵਾਂਗੇ ਉਹ ਪ੍ਰੋਪਰ ਕਰਕੇ ਦਵਾਂਗੇ ਮਸ਼ੀਨ ਦੇ ਨਾਲ ਪਤਾ ਕੀ ਫਾਇਦਾ ਹੁੰਦਾ ਜੇ ਤਾਂ ਆਪਾਂ ਦੇਖੋ ਸਿੱਧਾ ਕੱਢਾਂਗੇ ਉਹ ਜਿੰਨਾ ਘਰ ਰੇਡੀਏਟਰ ਵਾਲਾ ਪਾਈਪਾਂ ਦੇ ਵਿੱਚ ਸਮਾਨ ਆਉਂਦਾ ਬਰੇ ਉਹ ਨਿਕਲ ਜਾਂਦਾ ਕੂਲੈਂਟ ਵੀ ਓਰੀਜਨਲ ਪਾਵਾਂਗੇ ਸਰ ਆਪਾਂ TVS ਦਾ ਮੰਨ ਲਓ ਮਤਲਬ ਸਮਾਨ ਕੋਈ ਵੀ ਅਸੀਂ ਸਰ ਲੋਕਲ ਨਹੀਂ ਯੂਜ਼ ਕਰਦੇ ਜਿਹੜਾ ਵੀ ਕਰਾਂਗੇ ਟੋਪ ਕਲਾਸ ਕੁਆਲਿਟੀ ਦਾ ਸਮਾਨ ਯੂਜ਼ ਕਰਾਂਗੇ ਔਰ 100% ਗਰੰਟੀ ਹੋਊਗੀ ਲੇਕਿਨ ਸਰ ਇਹ ਆਫਰ ਜਿਹੜੀ ਹੈਗੀ ਹੈ ਕੇਵਲ 1 ਮਹੀਨੇ ਲਈ ਵੈਲਿਡ ਹੋਊਗੀ ਜਿਹੜੀ ਸਭ ਤੋਂ ਵੱਡੀ ਗੱਲ ਠੀਕ ਹੈ ਜੀ ਜਿਹੜੇ ਬੰਦੇ ਬੁਕਿੰਗ ਕਰਾ ਲੈਂਦੇ ਆ ਇਹ ਵੀ ਮੈਂ ਰਿਕੁਐਸਟ ਕਰਨਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਗੱਡੀਆਂ ਅਜੇ ਵੀ ਫੁੱਲ ਹੈਗੀਆਂ ਵਾ ਸਾਨੂੰ ਜਦ ਤੁਸੀਂ ਸਾਡੇ ਕੋਲ ਸਰਵਿਸ ਕਰਵਾਉਣੀ ਹੈ ਤੁਹਾਨੂੰ ਕਾਲ ਕਰਕੇ ਹੀ ਆਉਣਾ ਪਊਗਾ ਬੁਕਿੰਗ ਕਰਾਉਣੀ ਪਊਗੀ ਤੁਹਾਨੂੰ ਬਕਾਇਦਾ ਨੀਚੇ ਨੰਬਰ ਦੇ ਦਾਂਗੇ ਬੁਕਿੰਗ ਪ੍ਰੋਸੈਸ ਦੱਸ ਦਿਓ ਵੀ ਕਾਲ ਕਰਕੇ ਬਾਏ ਕਿਉਂਕਿ ਕਾਲ ਵਿੱਚ ਬਕਾਇਦਾ ਵੈਬਸਾਈਟ ਵੀ ਨੀਚੇ ਆਪਾਂ ਲਿੰਕ ਦਵਾਂਗੇ ਕਿਉਂਕਿ ਦੇਖੋ ਸਰ ਕਾਲ ਬਹੁਤ ਜ਼ਿਆਦਾ ਆਉਂਦੀਆਂ ਕਿਵਲੇ ਨਹੀਂ ਚੱਕੀਆਂ ਜਾਂਦੀਆਂ ਇਸ ਕਰਕੇ ਜਿਹੜਾ ਬੰਦਾ ਕਾਲ ਸਰਵਿਸ ਕਰਵਾਉਣਾ ਚਾਹੁੰਦਾ ਕਾਲ ਕਰੇ ਬਕਾਇਦਾ ਜੇ ਨਹੀਂ ਮੰਨ ਲਓ ਕਾਲ ਪਿੱਕ ਹੋ ਰਿਹਾ ਤੁਸੀਂ ਵੈਬਸਾਈਟ 'ਤੇ ਜਾ ਕੇ ਬੁਕਿੰਗ ਕਰ ਸਕਦੇ ਹੋ ਤੁਸੀਂ ਜਿਹੜਾ ਤੁਹਾਨੂੰ ਅਸੀਂ ਟਾਈਮ ਦੇਵਾਂਗੇ ਰਿਕੁਐਸਟ ਆ ਵੀ ਤੁਸੀਂ ਉਦੋਂ ਹੀ ਆਉਣਾ ਕਿਉਂਕਿ ਸਰ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਟਾਈਮ ਜਿਹੜਾ ਅਸੀਂ ਖਰਾਬ ਕਰੀਏ ਕਿਉਂਕਿ ਹਰ ਇੱਕ ਬੰਦੇ ਦਾ ਟਾਈਮ ਬਹੁਤ ਕੀਮਤੀ ਹੈ ਕਿਉਂਕਿ ਜੇ ਸਾਡੇ ਕੋਲ ਤੁਸੀਂ ਸਰਵਿਸ ਕਰਵਾਉਣੀ ਹੈ ਘੱਟ ਤੋਂ ਘੱਟ ਤੁਹਾਨੂੰ ਲੱਗਣੇ 3 ਘੰਟੇ ਹਾਂ ਅਸੀਂ ਸਰ ਲਿਮਿਟਡ ਗੱਡੀਆਂ ਹੀ ਕਰਦੇ ਹਾਂ ਦਿਨ ਦੇ ਵਿੱਚ ਇੱਥੇ ਉਹ ਸਰਵਿਸ ਨਹੀਂ ਹੈਗੀ ਤੇਲ ਚੇਂਜ ਕਰਤਾ ਫਿਲਟਰ ਚੇਂਜ ਕਰਤਾ ਵਗ ਜਾਓ ਬਿਲਕੁਲ ਇੱਦਾਂ ਦਾ ਕੁਛ ਨਹੀਂ ਵੀਰੇ 3 ਤੋਂ 4 ਘੰਟੇ ਲੱਗ ਜਾਣਗੇ ਕਾਰਬਨ ਕਲੀਨਿੰਗ ਵੀ ਹੋਊਗੀ ਬਿਲਕੁਲ ਇੰਜਨ ਆਇਲ ਵੀ ਚੇਂਜ ਹੋਊਗਾ ਫਿਲਟਰ ਵੀ ਚੇਂਜ ਹੋਣਾ ਗੱਡੀ ਦੀ ਵਾਸ਼ਿੰਗ ਵੀ ਹੋਊਗੀ ਸਟੀਮ ਵਾਸ਼ ਵੀ ਹੋਊਗੀ ਟਾਇਰਾਂ 'ਚ ਨਾਈਟ੍ਰੋਜਨ ਵੀ ਪਊਗੀ ਤੇ ਸਭ ਤੋਂ ਵੱਡੀ ਗੱਲ ਫ੍ਰੀ ਦੇ ਵਿੱਚ ਜੋ ਤੁਹਾਨੂੰ ਮਿਲ ਰਿਹਾ ਕੂਲੈਂਟ ਵੀ ਚੇਂਜ ਕਰਕੇ ਦਵਾਂਗੇ ਬਕਾਇਦਾ ਔਰ ਜਿਹੜਾ 2500 ਵਾਲਾ ਪੈਕੇਜ ਹੈ ਸਰ ਮੈਂ ਦੁਬਾਰਾ ਪਲੀਜ਼ ਰਿਪੀਟ ਕਰਨਾ ਚਾਹੁੰਦਾ ਵੀ ਹਨਾ ਕਈ ਵੇਲੇ ਲੋਕਾਂ ਨੂੰ ਮਤਲਬ ਲਿਖਾਣਾ ਲੱਗ ਜੇ ਇਹ ਅਸੀਂ ਸਪੈਸ਼ਲ ਅੱਜ ਲਾਂਚ ਕੀਤਾ ਵਾ ਇਹ ਤਾਂ ਕੀਤਾ ਯਾਰ ਦੇਖੋ ਕਈ ਵੇਲੇ ਕਸਟਮਰ ਇਹ ਕਹਿੰਦੇ ਜੀ ਯਾਰ ਮੈਂ ਤਾਂ ਦੇਖੋ ਵੈਸੇ 2500 'ਚ ਸਰਵਿਸ ਕਿਤੇ ਵੀ ਨਹੀਂ ਹੁੰਦੀ ਇਸ ਚੀਜ਼ ਦਾ ਮੈਂ ਗਰੰਟੀ ਦੇਣਾ ਤੁਹਾਨੂੰ ਵੀ ਪਤਾ ਤੁਸੀਂ ਵੀ ਮਾਰਕੀਟ 'ਚ ਰਹਿੰਦੇ ਹੋ ਸਹੀ ਗੱਲ ਹੈ ਲੇਕਿਨ ਅਸੀਂ ਇਹ ਤਾਂ ਲਾਂਚ ਕੀਤਾ ਵੀ ਮਾਰਕੀਟ ਦੇ ਵਿੱਚ ਜੇ ਕਿਸੇ ਨੂੰ ਲੱਗਦਾ ਵੀ ਇਹ ਤੋਂ ਸਸਤੀ ਸਰਵਿਸ ਹੋ ਸਕਦੀ ਹੈ ਤੇ ਅਸੀਂ ਉਹਦਾ ਵੀ ਤੋੜ ਕੱਢਤਾ 2500 'ਚ ਪੂਰੀ ਸਰਵਿਸ ਹੋਊਗੀ ਸਮਾਨ ਪਾਵਾਂਗੇ ਪਰ ਉਹਦੇ ਵਿੱਚ ਕਾਰਬਨ ਕਲੀਨ ਤੇ ਸਟੀਮ ਵਾਸ਼ ਨਹੀਂ ਹੋਊਗੀ ਆਪਣੀ ਕੱਲੀ ਨਾਰਮਲ ਵਾਸ਼ਿੰਗ ਹੋਊਗੀ ਹਾਂਜੀ ਤੇਲ ਬਦਲ ਦਾਂਗੇ ਹਾਂਜੀ ਫਿਲਟਰ ਬਦਲ ਦਾਂਗੇ ਗੱਡੀ ਦਾ ਫੁੱਲ ਚੈੱਕਅਪ ਚਲੋ ਇੱਕ ਟਾਇਰਾਂ 'ਚ ਨਾਈਟ੍ਰੋਜਨ ਜ਼ਰੂਰ ਕਰਦੇ ਉਹ ਪਾ ਦਾਂਗੇ ਉਹ ਪਾ ਦੇ ਤੁਹਾਡੇ ਵੱਲੋਂ ਆਪਾਂ ਕੋਈ 2500 ਦੇ ਵਿੱਚ ਕਰਦੇ ਠੀਕ ਹੈ ਜੀ ਆਪਣਾ ਚਾਰਟ ਦਿਖਾਈਏ ਇੱਕ ਵਾਰੀ ਹਨਾ ਬਿਲਕੁਲ ਸਰ ਆਹ ਜੋ ਮੇਨ ਚੀਜ਼ ਆ ਆਜੋ ਜੀ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਹੈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ 3 ਪੈਕੇਜ ਨੇ ਆਪਣੇ ਤੁਸੀਂ ਇੱਕ ਵਾਰੀ ਦੇਖੋਗੇ 3500 ਦੇ ਵਿੱਚ ਕੀ ਹੋਊਗਾ ਆਹ ਚੀਜ਼ ਦੇਖੋ ਇੰਜਣ ਦੀ ਜਿਹੜੀ ਮੈਂ ਤੁਹਾਨੂੰ ਕਾਰਬਨ ਕਲੀਨਿੰਗ ਕਿਹਾ ਦੀ ਪਹਿਲੇ ਨੰਬਰ 'ਤੇ ਉਹ ਹੈ ਆਇਲ ਚੇਂਜ ਫਿਲਟਰ ਚੇਂਜ ਆਇਲ ਫਿਲਟਰ ਚੇਂਜ ਹੋ ਗਿਆ ਫੋਮ ਵਾਸ਼ਿੰਗ ਜਿਹਦੀ ਸਭ ਤੋਂ ਬਈ ਇਕੱਲੀ ਫੋਮ ਵਾਸ਼ਿੰਗ 1000-1000 ਰੁਪਏ ਲੈ ਲੈਂਦੇ ਨੇ ਕੀ ਲੈਂਦੇ ਆ ਸਰ ਅਸੀਂ ਆਪਾਂ ਕੀ ਕਹੀਏ ਅਗਲਾ ਕਰੀਏ ਸਟੀਮ ਵਾਸ਼ ਪਲੱਸ ਇੰਟੀਰੀਅਰ ਕਲੀਨ ਜਿਹੜੀ ਆਪਾਂ ਤੁਹਾਨੂੰ ਸਟੀਮ ਵਾਸ਼ ਦਿਖਾਈ ਸੀ ਕੂਲੈਂਟ ਚੇਂਜ ਹੋ ਗਿਆ ਨਾਈਟ੍ਰੋਜਨ ਹੋ ਗਿਆ ਤੇ ਆ ਬਾਕੀ ਲੇਬਰ ਤੇ ਲੁਬਰੀਕੇਸ਼ਨ ਹੋਊਗੀ ਕਿਉਂਕਿ ਨਾਰਮਲੀ ਗੱਡੇ ਤੇ ਲੁਬਰੀਕੇਸ਼ਨ ਚੈੱਕ ਨਹੀਂ ਕਰਦੇ ਸਰ ਲੋਕੀ 500-500 ਰੁਪਏ ਇਕੱਲਾ ਲੇਬਰ ਦਾ ਲੈ ਲੈਂਦੇ ਸਮਾਨ ਤੁਸੀਂ ਲੈ ਕੇ ਜਾਂਦੇ ਹੋ ਆਪਣਾ ਠੀਕ ਹੈ ਜੀ 500-500 ਰੁਪਏ ਇਕੱਲਾ ਸਰਵਿਸ ਵਿੱਚ ਕਰਦੇ ਕੀ ਆ ਇੰਜਨ ਵਾਲ ਚੇਂਜ ਕੀਤਾ ਫਿਲਟਰ ਚੇਂਜ ਕੀਤਾ ਸਰਵਿਸ ਹੋ ਗਈ ਸਰਵਿਸ ਹੋ ਗਈ ਇੱਥੇ ਬਕਾਇਦਾ ਗੱਡੀ ਦੀ ਕਾਰਬਨ ਕਲੀਨ ਹੋਊਗੀ ਉਹਨੂੰ 1 ਘੰਟਾ ਲੱਗਦਾ ਸਰ ਕਾਰਬਨ ਕਲੀਨ ਸਹੀ ਗੱਲ ਹੈ ਪਰ ਅਸੀਂ ਚੈਲੰਜ ਕਰਦੇ ਹਾਂ ਅਸੀਂ ਗਰੰਟੀ ਦਿੰਦੇ ਹਾਂ ਵੀ ਕਸਟਮਰ ਨੂੰ ਰਿਜ਼ਲਟ ਇਹੋ ਜਿਹਾ ਆਊਗਾ ਵੀ ਕਸਟਮਰ ਅੱਗੋਂ 10 ਕਸਟਮਰ ਖਿੱਚ ਕੇ ਲਿਆਊਗਾ ਸਹੀ ਗੱਲ ਹੈ ਸਾਡੇ ਅੱਜ ਤੱਕ ਜਿੰਨੇ ਵੀ ਸੈਂਟਰ ਚੱਲਦੇ ਪਏ ਸਰ ਇਸੇ ਚੀਜ਼ ਦੇ ਉੱਪਰ ਚੱਲਦੇ ਪਏ ਇਸੇ ਕਰਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਰ ਇੱਕ ਸੈਂਟਰ ਦੇ ਉੱਪਰ ਸਾਡੇ ਵੇਟਿੰਗ ਹੈ ਸਰ ਕਈ ਸੈਂਟਰ ਤਾਂ ਇਹੋ ਜਿਹੇ 1-1 ਮਹੀਨੇ ਦੀ ਵੇਟਿੰਗ ਹੈ ਤੁਸੀਂ ਆਪ ਸਿਆਣੋ ਯਾਰ 3500 ਚਾਹੁੰਦਾ ਕਿ ਹੁਣ ਆਪਾਂ ਗੱਲ ਕਰ ਲੈਣੇ ਆ ਇਹ ਹੈਗੀ ਤੇ ਆਪਣੀ ਅਲਟੋ ਜਾਂ ਸੁਪਰ ਵਰਗੀਆਂ ਗੱਡੀਆਂ ਬਿਲਕੁਲ ਸਰ ਬਿਲਕੁਲ ਜਿਹੜਾ ਕੋਲ ਥੋੜੀ ਜਿਹੀ ਆਪਣੀ ਵੱਡੀ SUV ਕਾਰ ਆ ਗਈ ਤਾਂ ਉਹਨਾਂ ਲਈ ਗਏ ਵੀਰੇ ਆਪਣਾ ਗੋਲਡ ਪੈਕੇਜ ਉਹਦੇ ਵਿੱਚ ਅਸੀਂ ਬਕਾਇਦਾ ਦੱਸਾਂਗੇ ਇਹਦੇ ਵਿੱਚ ਜਿੱਦਾਂ ਕੰਮ ਐਕਸਟਰਾ ਵਾ ਅਸੀਂ ਜਦੋਂ ਕਸਟਮਰ ਕਾਲ ਕਰੂਗਾ ਅਸੀਂ ਉਹਨਾਂ ਨੂੰ ਪੂਰੀ ਲਿਸਟ ਭੇਜ ਦਾਂਗੇ ਇੱਕ ਆ ਚੀਜ਼ ਦੱਸ ਦਿੰਦੇ ਆਪਾਂ ਦੇਖੋ ਜਿਹੜਾ ਤਾਂ ਇਹਨਾਂ ਨੇ 3500 ਰੇਟ ਲਿਖਿਆ ਇਹਦਾ ਮਾਰਕੀਟ ਪ੍ਰਾਈਸ 7000 ਲਿਖਿਆ ਹੋਇਆ ਬਿਲਕੁਲ ਸਰ ਆ ਦੂਜਾ ਜਿਹੜਾ 5000 ਵਾਲਾ ਮਾਰਕੀਟ ਦਾ 10000 ਚ ਪੈਂਦਾ ਉਹੀ ਬਿਲਕੁਲ ਇੱਕ ਆ ਜਿਹੜਾ ਸਭ ਤੋਂ ਟੌਪ ਆ ਬਈ ਡਾਇਮੰਡ ਇਹਦੇ ਵਿੱਚ ਤਾਂ ਮੈਂ ਕਹਿੰਦਾ ਬਾਈ ਤੁਸੀਂ ਗੱਡੀ ਖੋਲ ਕੇ ਦੋਰ ਜੋੜਨ ਵਾਲਾ ਕੰਮ ਹੋ ਗਿਆ ਭਾਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਤੁਸੀਂ ਇਹਦੇ ਚ ਸਮਾਨ
ਕਾਊਂਟ ਕਰ ਲਓ ਜਿੰਨਾ ਸਮਾਨ ਅਸੀਂ ਦੇ ਰਹੇ ਹਾਂ ਨਾ ਕਸਟਮਰ ਸਮਾਨ ਤਾਂ ਰੇਟ ਹੀ ਪਤਾ ਕਰਨ ਲਈ ਚੱਲ ਜੇ ਤੇ ਕਸਟਮਰ ਨੂੰ ਪਤਾ ਲੱਗ ਜੂਗਾ ਵੀ ਕਿੰਨਾ ਇਹਦੇ ਵਿੱਚ ਐਡੂ ਵੱਧ ਦਾ ਰੇਟ ਹੀ ਹੋਊਗਾ ਸਮਾਨ ਦਾ ਇਹ 7000 ਪੂਰੀ ਦਿਹਾੜੀ ਲੱਗਦੀ ਹੈ ਸਰ ਇਹ ਵੀ ਗੱਲ ਨਾਲ ਹੈ ਜੇ ਕਸਟਮਰ ਇਹ ਪੈਕੇਜ ਕਰਾਣਾ ਪੂਰੀ ਦਿਹਾੜੀ ਦਾ ਟਾਈਮ ਕੱਢ ਕੇ ਆਵੇ ਇੱਕ ਦਿਨ ਪੂਰਾ ਦੇਖੋ ਸਰ ਅਸੀਂ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਇਸੇ ਚੀਜ਼ ਦੇ ਉੱਪਰ ਦਾ ਮਕੈਨੀਕਲ ਵਰਲਡ ਦਾ ਜਿਹੜਾ ਬ੍ਰਾਂਡ ਜਿਹੜਾ ਉਹ ਮੰਨਿਆ ਜਾ ਰਿਹਾ ਵਾ ਸਾਡੇ ਕੋਲ ਜਿੱਥੇ ਵੀ ਅੱਜ ਤੱਕ ਸਰਵਿਸ ਹੋਈ ਹੈ ਕਿਸੇ ਵੀ ਸੈਂਟਰ ਦੇ ਵਿੱਚ ਉੱਥੋਂ ਕਸਟਮਰ ਹੀ ਅੱਗੇ ਕਸਟਮਰ ਨੂੰ ਰਿਕਮੈਂਡ ਕਰਦਾ ਵਾ ਉਹ ਆਪ ਵੀ ਜੁੜ ਗਿਆ ਨਾਲ ਚਾਰ ਨੂੰ ਨਾਲ ਚਾਰ ਬੰਦੇ ਹੋਰ ਜੋੜਦਾ ਸਰ ਦੇਖੋ ਹਾਂਜੀ ਤੇ ਬੁਕਿੰਗ ਦਾ ਮੈਂ ਤੁਹਾਨੂੰ ਸਮਾਰ ਕੇ ਸਮਝਾ ਦਿੰਦਾ ਕਾਲ ਨਹੀਂ ਲੱਗਣੀ ਤੁਹਾਡੀ ਬੇਸ਼ੱਕ ਦੀ ਲੱਗ ਜੇ ਵੇਟਿੰਗ ਚੱਲ ਰਹੀ ਹੋਊਗੀ ਜਾਂ ਬਾਈ ਹੋਰ ਕਾਲ ਬੈਕ ਕਰ ਲਈਏ ਸਭ ਤੋਂ ਵਧੀਆ ਤਰੀਕਾ ਦੱਸਦਾ ਮੈਂ ਤੁਹਾਨੂੰ ਕਾਲ ਲੱਗ ਰਹੀ ਆ ਤੁਹਾਡੇ ਲਈ ਆ ਮੰਨ ਕੇ ਚੱਲੋ ਗੁੱਡ ਲੱਕ ਆ ਸਿੰਪਲ ਜੀ ਗੱਲ ਕਰਦਾ ਬਾਏ ਚਾਂਸ ਕਿਸੇ ਵੀ ਕੰਡੀਸ਼ਨ ਦੇ ਵਿੱਚ ਤੁਹਾਡਾ ਕਾਲ ਵੇਟਿੰਗ 'ਚ ਬਿਜ਼ੀ ਸ਼ੋ ਹੋ ਰਿਹਾ ਆ ਨੰਬਰ ਨੂੰ ਫੋਨ 'ਚ ਸੇਵ ਕਰੋ ਵਟਸਐਪ 'ਤੇ ਮੈਸੇਜ ਕਰ ਦਿਓ ਅਸੀਂ ਇੱਥੋਂ ਬੋਲ ਰਹੇ ਹਾਂ ਅਸੀਂ ਇਹਨੇ ਆਪਦੀ ਗੱਡੀ ਦੀ ਸਰਵਿਸ ਕਰਾਉਣੀ ਹੈ ਜਦੋਂ ਵੀ ਤੁਹਾਨੂੰ ਵੀ ਡਾਇਰੈਕਟ ਕਾਲ ਆਉਣ ਲੱਗ ਗਈ ਸੀ ਸਰ ਮੈਨੂੰ ਇਹ ਪੁੱਛਣ ਲੱਗ ਗਏ ਕਿ ਬਈ ਸਾਡੀ ਬੁਕਿੰਗ ਕਰਾ ਦੇ ਤਾਂ ਕਰਕੇ ਮੈਂ ਕਹਿ ਰਿਹਾ ਵੀਰ ਬਣ ਕੇ ਸੇਵ ਕਰਕੇ ਵਟਸਐਪ 'ਤੇ ਮੈਸੇਜ ਕਰ ਦਿਓ ਇਹਨਾਂ ਦੀ ਟੀਮ ਜਦੋਂ ਵੀ ਫ੍ਰੀ ਹੋਈ ਤੁਹਾਨੂੰ ਡੇਟ ਟਾਈਮ ਸਾਰਾ ਕੁਝ ਦੱਸ ਦੇਣਗੇ ਬੈਕ ਕਾਲ ਆਊਗੀ ਔਰ ਤੀਜਾ ਆਪਸ਼ਨ ਆਪਾਂ ਨੀਚੇ ਵੈਬਸਾਈਟ ਦਾ ਵੀ ਦੇ ਦਾਂਗੇ ਕਸਟਮਰ ਉਹਤੇ ਵੀ ਬੁਕਿੰਗ ਕਰ ਉੱਥੇ ਜਾ ਕੇ ਬੁਕਿੰਗ ਕਰ ਸਕਦਾ ਠੀਕ ਹੈ ਜੀ ਬਾਕੀ ਇਹ ਅਵਤਾਰ ਜੀ ਹੈਗੇ ਜੀ ਜਿਨ੍ਹਾਂ ਨੇ ਪਟਿਆਲਾ ਦੀ ਫਰੈਂਚਾਈਜ਼ੀ ਲਿੱਤੀ ਅਸੀਂ ਇਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦੇ ਹਾਂ ਮੈਂ ਚਾਹੁੰਦਾ ਇਹਨਾਂ ਨਾਲ ਗੱਲ ਕਰੋ ਤੁਸੀਂ 2 ਮਿੰਟ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬੜਾ ਧੰਨਵਾਦ ਇੱਕ ਵਾਰੀ ਤੁਸੀਂ ਉਰਤਾ ਲੋਕਲ ਹੋਵੋਗੇ ਨਾ ਹਾਂਜੀ ਇੱਕ ਵਾਰੀ ਸਾਰਿਆਂ ਨੂੰ ਨਾ ਆਪਦੇ ਤਰੀਕੇ ਦਾ ਦੇਖੋ ਮੈਂ ਚਲੋ ਇੱਥੇ ਲੋਕਲ ਦਾ ਨਹੀਂ ਹੈਗਾ ਮੈਂ ਵੈਸੇ ਸਮਝਾਤਾ ਵੀ ਆਪਣਾ ਸਰਹੰਦ ਰੋਡ ਤੇ ਇੱਕ ਵਾਰੀ ਪ੍ਰੋਪਰ ਦੱਸ ਦਿਓ ਵੀ ਕੋਈ ਬੰਦੇ ਜਿਹੜੇ ਆਪਣੇ ਲੋਕਲ ਦੇ ਨੇ ਉਹ ਤੁਹਾਡੇ ਨਾ ਉਹ ਤੋਂ ਬੋਲਾਂ ਤੋਂ ਸਮਝਣਗੇ ਵੀ ਆਪਣਾ ਇੱਥੇ ਪ੍ਰੋਪਰ ਜਿੱਥੇ ਪੈਂਦਾ ਇਹ ਸਾਡਾ ਜਿਹੜਾ ਮੇਨ ਐਡਰੈਸ ਹੈ ਇਹ ਸਰਹੰਦ ਰੋਡ ਬਾਰਨ ਬਾਰਨ ਕੀ ਚੀਜ਼ ਇਹ ਬਾਰਨ ਪਿੰਡ ਦਾ ਨਾਮ ਹੈ ਓਕੇ ਦੁਖਨਿਵਾਰਨ ਸਾਹਿਬ ਗੁਰਦੁਆਰੇ ਤੋਂ ਐਗਜੈਕਟ 7 ਕਿਲੋਮੀਟਰ ਭਾਰਤ ਪੈਟਰੋਲੀਅਮ ਦੇ ਉੱਤੇ ਲੱਗਾ ਦੋਵੇਂ ਬੋਰਡ ਦੋਵੇਂ ਪਾਸੇ ਬੋਰਡ ਲੱਗੇ ਨੇ ਦਾ ਮਕੈਨੀਕਲ ਵਰਲਡ ਦੇ ਠੀਕ ਹੈ ਜੀ ਆਓ ਤੁਹਾਡਾ ਬੜਾ ਬੜਾ ਧੰਨਵਾਦ ਬਹੁਤ ਅੱਛੀ ਸਰਵਿਸ ਦੇਵਾਂਗੇ ਬਾਕੀ ਤੁਸੀਂ ਹਰਪ੍ਰੀਤ ਜੀ ਕੋਲੋਂ ਸਾਰਾ ਕੁਝ ਸੁਣ ਹੀ ਲਿਆ ਬਿਲਕੁਲ ਜੀ ਬਿਲਕੁਲ ਮੇਰਾ ਕੁਝ ਕਹਿਣ ਦਾ ਮਤਲਬ ਉਹ ਭਾਵ ਹੈ ਨਹੀਂ ਬਾਕੀ ਆਉਣ ਮਤਲਬ ਕਿ ਦੱਸ ਕੇ ਔਰ ਆਪਣੀ ਬੁਕਿੰਗ ਕਰਾ ਕੇ ਹੀ ਆਉਣ ਤਾਂ ਕਿ ਉਹਨਾਂ ਨੂੰ ਵੇਟ ਨਾ ਕਰਨੀ ਪਏ ਤਾਂ ਕਿ ਅਸੀਂ ਗਿਲਟੀ ਮਹਿਸੂਸ ਨਾ ਕਰੀਏ ਮੈਂ ਜੇ ਨੋਰਮਲ ਸ਼ਬਦਾਂ 'ਚ ਗੱਲ ਕਰਾਂ ਇੱਕ ਦਿਨ ਦੇ ਵਿੱਚ ਜ਼ੋਰ ਮਾਰ ਕੇ ਆਪਾਂ ਉੱਧਰ ਵੀ 10 ਕੁ ਗੱਡੀਆਂ ਮਸਾਂ ਕੱਢਦੇ ਹਾਂ 10 ਨਹੀਂ ਹੁੰਦੀਆਂ ਐਵੇਂ ਅਸੀਂ ਝੂਠ ਮਾਰ ਲਈਏ ਹੈ ਨਾ ਜ਼ੋਰ ਮਾਰ ਕੇ ਗੱਡੀਆਂ ਦੀ ਐਵਰੇਜ ਆਉਂਦੀ ਹੈ ਹੈ ਨਾ ਮੈਕਸਿਮਮ ਮੰਨ ਲਓ ਕਦੇ ਇਹ ਕੀ ਦੱਸਦੀ ਨਹੀਂ ਤਾਂ ਇਹ ਤੋਂ ਉੱਪਰ ਹੁੰਦੀਆਂ ਨਹੀਂ ਤੇ ਗੱਡੀਆਂ ਸਾਡੇ ਕੋਲ ਵੇਟਿੰਗ 'ਚ ਹੁੰਦੀਆਂ ਸਰ 200 ਗੱਡੀ ਵੇਟਿੰਗ 'ਚ ਹੁੰਦੀ ਹੈ ਹੁਣ ਜਦੋਂ ਅਸੀਂ ਸੈਂਟਰ ਪਿੱਛੇ ਓਪਨ ਕੀਤੇ ਤੁਸੀਂ ਵੀਡੀਓ ਬਣਾਈ ਤੁਹਾਨੂੰ ਪਤਾ ਹੀ ਹੈ ਸਹੀ ਗੱਲ ਵੀ ਤੁਸੀਂ ਯਕੀਨ ਮੰਨਿਓ ਸਾਡੇ ਕੋਲ 1-1 ਮਹੀਨੇ ਦੀ ਵੇਟਿੰਗ ਹੋਗੀ ਗੱਡੀਆਂ ਦੀ 1-1 ਮਹੀਨੇ ਦੀ ਇਸੇ ਕਰਕੇ ਸਾਡਾ ਇਹਨੂੰ ਸੈਂਟਰ ਨੂੰ ਜਲਦੀ ਖੋਲਣ ਦਾ ਮੋਟਿਵ ਸੀ ਕਿਉਂਕਿ ਸਰ ਸਾਨੂੰ ਬਹੁਤ ਕਾਲਸ ਆ ਰਹੀਆਂ ਸੀ ਵੀ ਸਰ ਮੈਂ ਇੰਨੀ ਦੂਰ ਨਹੀਂ ਜਾ ਸਕਦਾ ਵੀ ਮੈਂ ਇੰਨੀ ਦੂਰ ਜਾਊਂਗਾ ਮੇਰਾ ਤਾਂ ਤੇਲ ਲੱਗ ਜੂਗਾ ਇੰਨਾ ਮੈਂ ਤੁਹਾਨੂੰ ਹਲੇ ਗੱਲ ਕਹਾਂ ਆਹ ਵਾਲੇ ਸੈਂਟਰ ਦੇ ਵਿੱਚ ਕੁਝ ਕੰਮ ਪੈਂਡਿੰਗ ਪਿਆ ਬਟ ਕਰਾ ਦਾਂਗੇ ਇਹਦੀ ਓਪਨਿੰਗ ਸਾਨੂੰ ਤਾਂ ਪਹਿਲਾਂ ਕਰਨੀ ਪਈ ਹੈ ਕਿਉਂਕਿ ਤੁਸੀਂ ਸਾਰਿਆਂ ਦੀ ਰਿਕੁਆਇਰਮੈਂਟ ਸੀ ਬਾਕੀ ਯਾਰ ਵੀਡੀਓ ਜਿੰਨੇ ਭਰਾ ਦੇਖ ਰਹੇ ਸ਼ੇਅਰ ਵੀ ਕਰ ਦਿਓ ਬਾਕੀ ਬੁਕਿੰਗ ਕਰਾਉਣ ਦੇ ਨੰਬਰ ਹੈਗੇ ਨੇ ਸਕਰੀਨ ਤੇ ਐਡਰੈਸ ਵੀ ਚੱਲ ਰਿਹਾ ਕਾਲ ਕਰਕੇ ਆਪਦੀ ਬੁਕਿੰਗ ਕਰ ਲਿਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਥੈਂਕ ਯੂ